ਅਮਰਤ ਵੇਲੇ ਦੇ ਬਾਰੇ ਸੰਗਤਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਵੱਖ-ਵੱਖ ਤਰੀਕਿਆਂ ਨਾਲ ਪੁੱਛੇ ਜਾਂਦੇ ਨੇ ਤੇ ਦੱਸਣ ਵਾਲੇ 10 ਵਿੱਚ ਦਿੰਦੇ ਨੇ ਕਿ ਇਸ ਤਰੀਕੇ ਨਾਲ ਕਰੋਗੇ ਤੇ ਤੁਹਾਡਾ ਅਮਰਤ ਵੇਲਾ ਬਣ ਜਾਵੇਗਾ ਹੁਣ ਕਿਹੜਾ ਤਰੀਕਾ ਹੈ ਵੀ ਅਮਰਤ ਵੇਲੇ ਉਠਿਆ ਜਾ ਸਕੇ ਆਪਾਂ ਵੀ ਇਹਦੇ ਬਾਰੇ ਪਹਿਲਾਂ ਦੋ ਵੀਡੀਓ ਬਣਾਈਆਂ ਸਨ ਕਾਫੀ ਸੰਗਤਾਂ ਨੇ ਲਾਹਾ ਲਿਆ ਫਿਰ ਵੀ ਕਿਤਨਾ ਕਿਤੇ ਅਸੀਂ ਕਿਸੇ ਨਾ ਕਿਸੇ ਗਿਆਨ ਦੀ ਘਾਟ ਮਹਿਸੂਸ ਕਰਦੇ ਹਾਂ ਤੇ ਬੇਨਤੀ ਇਹ ਕਰਾਂਗਾ ਵੀ ਇਸ ਵੀਡੀਓ ਵਿੱਚ ਵੀ ਇੱਕ ਨੁਕਤਾ ਹੈ ਸੁਣਨ ਤੋਂ ਬਾਅਦ ਮੰਨੋਗੇ ਤੇ ਅਸਰ ਜਰੂਰ ਮਿਲੇਗਾ ਅਜਮਾ ਕੇ ਵੇਖ ਲੈਣਾ ਵੇਖਿਆ ਜਾਵੇ ਤਾਂ ਅਮਰਤ ਵੇਲਾ ਪ੍ਰਮਾਤਮਾ ਦੀ ਦਾਤ ਹੈ ਤੇ ਦਾਤ ਵੀ ਉਹਨਾਂ ਨੂੰ ਮਿਲਦੀ ਏ ਜਿਹੜੇ ਉਦਮ ਕਰਦੇ ਨੇ ਉਦਮ ਕਰਨ ਵਾਲਿਆਂ ਨੂੰ ਹੀ ਸਭ ਕੁਝ ਮਿਲਦਾ ਹੈ ਸਾਇੰਸ ਦੇ ਮੁਤਾਬਕ ਵਿਗਿਆਨੀਆਂ ਦੇ ਮੁਤਾਬਕ ਸਰੀਰ ਦੀ ਪ੍ਰਕਿਰਤੀ ਦੇ ਹਿਸਾਬ ਦੇ ਨਾਲ ਜੇ ਵੇਖਿਆ ਜਾਵੇ ਜਾ ਜਿਹੜਾ ਸਰੀਰ ਦੀ ਆਰਾਮ ਹੈ ਨੀਂਦ ਹੈ ਇਹ 2.5 ਘੰਟੇ ਬਣਦੀ ਹੈ 2.5 ਘੰਟੇ ਤੋਂ ਵੱਧ ਜੇ ਅਸੀਂ ਸੌਂਨੇ ਹਾਂ ਤੇ ਉਹ ਸੁਪਣਿਆਂ ਵਾਲੀ ਨੀਂਦ ਹੋ ਸਕਦੀ ਹੈ ਤੇ ਸੁਪਣਿਆਂ ਵਾਲੀ ਨੀਂਦ ਜਿਹੜੀ ਹੈ ਸੁਪਨੇ ਆ ਜਾਣੇ ਖਿਆਲ ਆਤ ਆਉਣੇ ਉਹ ਕਦੇ ਵੀ ਸਰੀਰ ਨੂੰ ਆਰਾਮ ਨਹੀਂ ਕਰਨ ਦਿੰਦੇ ਆਰਾਮ ਕਰਨ ਦੀ ਬਜਾਏ ਸਗੋਂ ਵਾਧੂ એનર્ਜੀ ਵੇਸਟ ਹੁੰਦੀ ਹੈ ਦਿਮਾਗ ਦੀ ਤੇ ਸਰੀਰ ਦੀ ਕਈਆਂ ਦੀ ਰਾਤ ਤਾਂ ਪਾਸੇ ਮਾਰਦਿਆਂ ਲੰਘ ਜਾਂਦੀ ਹੈ ਆਰਾਮ ਉਹਨਾਂ ਨੇ ਕਰ ਲਿਆ ਹੁੰਦਾ ਪਰ ਉਹਨਾਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਅਸੀਂ ਥਕਾਵਟ ਮਹਿਸੂਸ ਨਹੀਂ ਕਰਦੇ ਪਰ ਫਿਰ ਵੀ ਇੱਕ ਆਦਤ ਬਣੀ ਹੁੰਦੀ ਹੈ ਵੱਧ ਸੌਣ ਦੀ ਆਰਾਮ ਕਰਨ ਦੀ ਤੇ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਵੀ ਸਾਇੰਸ ਵਾਲਿਆਂ ਨੇ ਨੀਂਦ ਕਿੰਨੀ ਕੰਮਨੀ ਹੈ ਸਰੀਰ ਦੀ ਵਿਗਿਆਨੀਆਂ ਦੀ ਮੰਨੀਆਂ ਤੇ ਵਿਗਿਆਨੀ ਦੱਸਦੇ ਨੇ ਕਿ ਸਰੀਰ ਨੂੰ ਆਰਾਮ ਕਰਨ ਵਾਸਤੇ ਜੇ ਸਰੀਰ ਨੂੰ ਨੀਂਦ ਦੀ ਲੋੜ ਹੈ ਤਾਂ ਰਾਤ 10:30 ਜਾਂ 10 ਵਜੇ ਤੋਂ ਲੈ ਕੇ 1.5 ਵਜੇ ਤੱਕ ਨੀਂਦੇ ਆਰਾਮ ਕਰਨ ਦੀ ਲੋੜ ਹੈ। ਬਸ ਇੰਨੀ ਕੁ ਜ਼ਰੂਰਤ ਹੈ ਸਰੀਰ ਦੀ। ਉਹਦੇ ਤੋਂ ਬਾਅਦ ਜਿਹੜਾ ਅਸੀਂ ਸੌਣ ਦਾ ਯਤਨ ਕਰਦੇ ਹਾਂ, ਆਰਾਮ ਕਰਦੇ ਹਾਂ, అలਾਰਮ ਬੰਦ ਕਰ ਦਿੰਦੇ ਹਾਂ। ਜਾਂ ਸਾਨੂੰ ਇਹ ਹੁੰਦਾ ਹੈ ਕਿ ਜੇ ਰਾਤ ਹੈ ਸੌ ਜਾਓ। ਇਹ ਸਾਡੇ ਮਨ ਦਾ ਵਹਿਮ ਹੈ ਤੇ ਸਰੀਰ ਦਾ ਦਿਲਦਰ ਤੇ ਆਸ ਵੀ ਕਿਹਾ ਜਾ ਸਕਦਾ ਹੈ। ਨੁਕਤਾ ਇਹ ਹੈ ਕਿ ਸ਼ਾਮ ਦਾ ਪ੍ਰਸ਼ਾਦਾ ਘਟ ਸ਼ਕਣਾ ਤੇ ਟਾਈਮ ਨਾਲ ਛਕਣਾ। ਇਹ ਰਾਤ ਹੁੰਦਿਆਂ ਹੀ 10 ਜਾਂ 10:30 ਵਜੇ ਸੌ ਕੇ ਵੇਖ ਲੈਣਾ ਰਾਤ ਨੂੰ 1:30 ਵਜੇ ਤੁਹਾਨੂੰ ਇੱਕ ਵਾਰੀ ਜਾਗ ਜਾਂ ਸਰੀਰ ਨੂੰ ਬਿਨਾਂ ਕਿਸੇ ਥਕਾਵਟ ਤੋਂ ਮਹਿਸੂਸ ਕਰੋਗੇ ਕਿ ਸਰੀਰ ਠੀਕ ਹੈ ਪਰ ਬਾਅਦ ਵਿੱਚ ਜਿਹੜਾ ਅਸੀਂ ਸਮਝਾਂਦੇ ਆ ਸੁਪਨਿਆਂ ਵਾਲੀ ਨੀਂਦ ਹੈ ਸੁਪਨਿਆਂ ਦੇ ਵਿੱਚ ਭੱਜੇ ਫਿਰਦੇ ਆ ਖਿਆਲ ਆਉਂਦੇ ਨੇ ਤੇ ਫਿਰ ਅਸੀਂ ਆਂਦੇ ਆ ਵੀ ਸਾਡਾ ਦਿਮਾਗ ਬੜਾ ਸੁਸਤ ਹੈ ਸਾਨੂੰ ਡਿਪਰੈਸ਼ਨ ਹੋ ਗਿਆ ਹੈ ਸਾਡਾ ਦਿਮਾਗ ਥੱਕਿਆ ਹੈ ਦਿਮਾਗ ਨੂੰ ਚੱਕਰ ਆ ਰਹੇ ਨੇ ਸਰੀਰ ਨੂੰ ਥਕਾਵਟ ਮਹਿਸੂਸ ਹੋ ਰਹੀ ਹੈ ਇਹ ਸਾਰਾ ਕੁਝ ਤਾਂ ਹੈ ਕਿਉਂਕਿ ਅਸੀਂ ਨਿਯਮ ਤੋਂ ਬਾਹਰ ਜਾ ਕੇ ਮर्यादा ਪ੍ਰਕਿਰਤੀ ਤੋਂ ਬਾਹਰ ਜਾ ਕੇ ਆਪਣੀ ਨੀਂਦ ਲੈਣ ਦੀ ਹੋਰ ਚਾਹਤ ਰੱਖਦੇ ਹਾਂ ਇਹ ਨੁਕਤੇ ਨੂੰ ਅਜਮਾ ਕੇ ਦੇਖ ਲੈਣਾ ਆਪਣੇ ਅੰਦਰ ਦੇ ਉਸ ਸਿਸਟਮ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਿੰਨਾ ਖਾ ਸਕਦੇ ਹਾਂ ਹੁਣ ਖਾਣ ਦਾ ਵੀ ਪ੍ਰਮਾਤਮਾ ਨੇ ਉਹਨਾਂ ਕੀ ਸਿਸਟਮ ਬਣਾਇਆ ਹੈ ਜੰਨੀ ਭੁੱਖ ਹੈ ਬੋਕਤੋਂ ਵੱਧ ਸ਼ਕੋਗੇ ਤੇ ਰੋਗ ਪੈਦਾ ਹੋਣਗੇ ਤੇ ਔਖੇ ਹੋਵਾਂਗੇ ਇਸੇ ਤਰ੍ਹਾਂ ਕੁਦਰਤੀ ਤੌਰ ਤੇ ਸਾਡੀ ਜਿਹੜੀ ਨੀਂਦ ਹੈ ਉਹ 2.5 ਘੰਟੇ ਹੀ ਹੈ ਹਾਂ ਜੇ ਕਿਸੇ ਨੂੰ ਬਹੁਤੀ ਤਕਾਬਟ ਹੋ ਰਹੀ ਹੈ ਤੇ ਇੱਕ ਵਾਰੀ ਇੱਕ ਵਾਰੀ ਨਿਤਨੇਮ ਕਰਨ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਅੰਮ੍ਰਿਤ ਵੇਲਾ ਸਾਂਭਣ ਤੋਂ ਬਾਅਦ ਗੁਰੂ ਦਾ ਹੁਕਮ ਮੰਨ ਲੈਣ ਤੋਂ ਬਾਅਦ ਜੇ ਸਮਾਂ ਬਚੇ ਤਾਂ ਅੱਧਾ ਜਾਂ ਪੌਣਾ ਘੰਟਾ 1 ਘੰਟਾ ਜੇ ਬਾਅਦ ਚ ਸੌ ਲਿਆ ਜਾਵੇ ਤਾਂ ਉਹ ਹੋਰ ਵੀ ਲਾਹੇਵੰਦ ਹੈ। ਬਾਕੀ ਦੇ ਬਚੇ ਹੋਏ 22-23 ਘੰਟੇ ਤੁਹਾਡੇ ਐਉਂ ਲੰਘਣਗੇ ਜਿਵੇਂ ਤੁਸੀਂ ਤਰੋ-ਤਾਜ਼ਾ ਹੋ। ਤੇ ਖਾਣ-ਪੀਣ ਉਤੇ ਜ਼ਰੂਰੀ ਸੰਜਮ ਰੱਖਣਾ ਇਹ ਸਭਨੋਂ ਵੱਧ ਜ਼ਰੂਰੀ ਗੱਲ ਹੈ। ਇਸ ਤਰੀਕੇ ਨੂੰ ਅਜਮਾ ਕੇ ਵੇਖ ਲੈਣਾ। ਅਜਮਾયા ਹੋਇਆਂ ਦੇ ਨੁਕਤੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।